ਗੱਲ ਉਸ ਬੰਦੇ ਦੀ ਕਰ ਲਈਏ ਜਿਹਦੀ ਲੰਬੀ ਯਾਰੀ ਸੀ ਕਾਂਗਰਸ ਦੇ ਨਾਲ ਤੇ ਫਿਰ ਭਾਜਪਾ ਦਾ ਗਮਸ਼ਾ ਜਿਹੜਾ ਉਹ ਗੱਲ ਚ ਪਵਾ ਲਿਆ ਸੁਨੀਲ ਜਾਖੜ ਦੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਾਫੀ ਸਵਾਲ ਚੁੱਕੇ ਨੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਜਿਹੜਾ ਭਗਵੰਤ ਮਾਨ ਹੈ ਉਹ ਤਾਂ ਦਿੱਲੀ ਦੇ ਅੱਗੇ ਹਥਿਆਰ ਹੀ ਸੁੱਟ ਗਿਆ ਕਿੰਨੀ ਕੁ ਸੱਚਾਈ ਹੈ ਉਹਨਾਂ ਦੇ ਬਿਆਨਾਂ ਦੇ ਵਿੱਚ ਤੇ ਇਲਜ਼ਾਮ ਕੀ ਕੀ ਲਗਾਏ ਨੇ ਉਹਨਾਂ ਨੇ ਪੰਜਾਬ ਸਰਕਾਰ ਤੇ ਸਭ ਲਈ ਇਹ ਇਸ ਤਰ੍ਹਾਂ ਗੱਲ ਹੈ ਕਿ ਸੁਨੀਲ ਜਾਖੜ ਹੋਣਾ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਪੈਂਤੜੇ ਬਦਲੇ ਨੇ ਉਹ ਇੱਕ ਤੇ ਉਹਨਾਂ ਨੇ ਫਰਸਟ੍ਰੇਸ਼ਨ ਬੜੀ ਜ਼ਾਹਰ ਕੀਤੀ ਸਮੇਂ-ਸਮੇਂ ਤੇ ਉਹਦੀ ਗੱਲ ਬਾਅਦ ਵਿੱਚ ਕਰਾਂਗੇ ਕਿ ਉਹਨਾਂ ਨੇ ਕਿਸ-ਕਿਸ ਤਰੀਕੇ ਨਾਲ ਆਪਣੇ ਆਪ ਨੂੰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਤੇ ਜਿਸ ਤਰ੍ਹਾਂ ਦੇ ਅਹੁਦੇ ਉਹਨਾਂ ਦੇ ਕੋਲ ਸੀ ਉਹ ਕਹਿੰਦੇ ਰਹੇ ਕਿ ਮੈਂ ਸੇਵਾ ਕੀਤੀ ਹੈ ਤੇ ਮੈਨੂੰ ਉਸ ਦਾ ਫਲ ਨਹੀਂ ਮਿਲਿਆ ਕਾਂਗਰਸ ਵਾਲੇ ਕਹਿੰਦੇ ਕਿ ਬਹੁਤ ਜ਼ਿਆਦਾ ਮੌਕੇ ਇਹਨਾਂ ਨੇ ਦਿੱਤਾ ਤੇ ਸਮਾਂ ਦਿੱਤਾ ਤੇ ਇਹ ਇਹਿਸਾਨ ਫਰਮੋਸ਼ ਜਿਹੜੇ ਵਿਅਕਤੀ ਨੇ ਉਹਨੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਮੈਂ ਉਹ ਤੁਹਾਨੂੰ ਪੜ੍ਹ ਕੇ ਸੁਣਾਉਣ ਦਾ ਯਤਨ ਕਰਾਂਗਾ ਪੰਜਾਬ ਦੀ ਪ੍ਰਮੁੱਖ ਅਖਬਾਰ ਦੇ ਵਿੱਚੋਂ ਇਹ ਐਜ਼ ਇਟ ਇਜ਼ ਲੱਬ ਜਿਹੜੇ ਉਹਨਾਂ ਨੇ ਵਰਤੇ ਨੇ ਪੰਜਾਬ ਸਰਕਾਰ ਤੇ ਭਗਵੰਤ ਮਾਨ ਬਦਲੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ। ਉਹ ਕਹਿੰਦੇ ਕਿ ਆਪ ਸਰਕਾਰ ਨੂੰ ਹਕੂਮਤ ਨਹੀਂ ਕਰਨੀ ਆਉਂਦੀ ਤੇ ਨਾ ਹੀ ਇਹਨਾਂ ਦੀ ਲੀਡਰਸ਼ਿਪ ਵਿੱਚ ਇੱਛਾ ਸ਼ਕਤੀ ਹੈ। ਪੰਜਾਬ ਦੇ ਇਸ ਵੇਲੇ ਸਰਕਾਰ ਤੋਂ ਵਾਂਝਾ ਹੈ ਤੇ ਭਗਵੰਤ ਮਾਨ ਦੇ ਹੱਥ ਹਕੂਮਤ ਦੀ ਵਾਗਡੋਰ ਹੀ ਨਹੀਂ। ਭਗਵੰਤ ਮਾਨ ਨੇ ਹਾਈ ਕਮਾਂਡ ਦੇ ਅੱਗੇ ਹਥਿਆਰ ਛੁੱਟ ਦਿੱਤੇ ਨੇ ਤੇ ਆਪ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ ਤੇ ਸੂਬੇ ਅੱਗੇ ਨਵੀਆਂ ਚੜ੍ਹਤਾਂ ਖੜੀਆਂ ਹੋ ਗਈਆਂ। ਉਹ ਕਹਿੰਦੇ ਕਿ ਆਪ ਦੀ ਦਿੱਲੀ ਦੀ ਲੀਡਰਸ਼ਿਪ ਪੰਜਾਬ ਨੂੰ ਚਲਾ ਰਹੀ ਹੈ ਤੇ ਇਹ ਲੀਡਰਸ਼ਿਪ ਪੰਜਾਬੀਆਂ ਦੀ ਮੂਲ ਭਾਵਨਾ ਨੂੰ ਸਮਝਣ ਤੋਂ ਸਮਰੱਥ ਹੈ ਪੰਜਾਬ ਦੀ ਹਮੇਸ਼ਾ ਲੜਾਈ ਦਿੱਲੀ ਨਾਲ ਰਹੀ ਪਰ ਪੰਜਾਬੀ ਕਿਸੇ ਬਾਹਰੀ ਲੀਡਰਸ਼ਿਪ ਦੀ ਧੌਂਸ ਨੂੰ ਬਰਦਾਸ਼ਤ ਨਹੀਂ ਕਰਦੇ ਉਹ ਇਹ ਵੀ ਕਿਹਾ ਕਿ ਭਗਵੰਤਮਾਨ ਸੂਬੇ ਦੇ ਪੱਖ ਵਿੱਚ ਸਟੈਂਡ ਨਹੀਂ ਲੈ ਰਿਹਾ ਜਾਖਣ ਨੇ ਨੌਕਰਸ਼ਾਹੀ ਬਾਰੇ ਵੀ ਇਹ ਕਿਹਾ ਕਿ ਪੰਜਾਬ ਸਰਕਾਰ ਤੇ ਅਫਸਰਸ਼ਾਹੀ ਭਾਰੂ ਪੈ ਗਈ ਹੈ ਸੂਬੇ ਵਿੱਚ ਭ੍ਰਿਸ਼ਟਾਚਾਰ ਵਧ ਗਿਆ ਤੇ ਅਫਸਰਾਂ ਨੇ ਆਪਣੇ ਭਾਵ ਵਧਾ ਦਿੱਤੇ ਨੇ ਅਫਸਰशाही ਤੇ ਰੋਕ ਕੋਈ ਨਹੀਂ ਹੈ। ਇਹ ਬਿਆਨ ਸੁਨੀਲ ਜਾਖੜ ਹੁਣਾ ਦੇ ਨੇ ਹੁਣ ਇਹਨਾਂ ਨੂੰ ਜਿਹੜੇ ਉਹਨਾਂ ਨੇ ਗੱਲ ਕੀਤੀ ਹੈ ਉਸ ਤਰ੍ਹਾਂ ਜਿਹੜੀ ਆ ਵਿਸ਼ਲੇਸ਼ਣ ਕਰਦੇ ਆ। ਪੰਜਾਬ ਇਸ ਵੇਲੇ ਸਰਕਾਰ ਤੋਂ ਬੰਨ੍ਹਾ ਹੈ ਤੇ ਭਗਵੰਤ ਮਾਨ ਦੇ ਹੱਥ ਹਕੂਮਤ ਦੀ ਵਾਗਡੋਰ ਨਹੀਂ ਹੈ। ਜਿਸ ਪਾਰਟੀ ਦੇ ਵਿੱਚ ਜਨਾਬ ਹੋਰੀ ਰਹੇ ਨੇ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਭਾਈ ਸਾਹਿਬ ਪੰਜਾਬ ਵਿੱਚ ਜਾਂ ਕੇਂਦਰ ਦੇ ਵਿੱਚ ਜਦੋਂ-ਜਦੋਂ ਵੀ ਕਾਂਗਰਸ ਦਾ ਰਾਜ ਰਿਹਾ ਹੈ ਤਾਂ ਕਾਂਗਰਸ ਸੱਤਾ ਦੇ ਫੋਰਫਰੰਟ ਤੇ ਰਹੀ ਹੈ ਉਸ ਵਿੱਚ ਜਾਖੜ ਪਰਿਵਾਰ ਕਿਸ ਤਰ੍ਹਾਂ ਰਿਹਾ ਹੈ ਸਭ ਨੂੰ ਪਤਾ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਠ ਕੇ ਲੋਕ ਸਭਾ ਦੇ ਸਪੀਕਰ ਤੱਕ ਪਹੁੰਚਣਾ ਬਲਰਾਮ ਜਾਖੜ ਦਾ ਤੇ ਇਹਨਾਂ ਦਾ ਖੁਦ ਇੱਕ ਵਾਰੀ ਮੁੱਖ ਮੰਤਰੀ ਦੀ ਗੱਦੀ ਨੂੰ ਹੱਥ ਪੈ ਜਾਣਾ ਇਹ ਪੰਜਾਬ ਦੇ ਵਿੱਚ ਹੀ ਸੀ ਸਾਰਾ ਕੁਝ ਪਰ ਉਹ ਕਿਵੇਂ ਸੀ ਜਿਸ ਪਾਰਟੀ ਨੂੰ ਬਿਲੋਂਗ ਕਰਦੇ ਸੀ ਜਨਾਬ ਹੁਣੇ ਅਜ ਤੋਂ ਕੁਝ ਮਹੀਨੇ ਪਹਿਲਾਂ ਤੱਕ ਉਸ ਪਾਰਟੀ ਦਾ ਕੰਮਕਾਜ ਕਿਵੇਂ ਚੱਲਦਾ ਸੀ ਹੈਲੀਕਾਪਟਰ ਦਾ ਗੜੀਰਣਾ ਬਣਾ ਕੇ ਉਸ ਨੂੰ ਕਦੇ ਦਿੱਲੀ ਕਦੀ ਕਿਤੇ ਕਦੀ ਕਿਤੇ ਤੇ ਕਦੀ ਜਿਹੜੇ ਉਤਰਾਖੰਡ ਤੇ ਇੰਚਾਰਜ ਜਿਹੜੇ ਆ ਕੇ ਪੰਜਾਬ ਮਾਮਲੇ ਦੇ ਉਹ ਪੰਜਾਬ ਦੇ ਮਾਮਲੇ ਸੈੱਟ ਕਰਦੇ ਸੀ ਕਦੇ ਕਿਸੇ ਨੂੰ ਬਿਠਾਉਂਦੇ ਸੀ ਕਦੇ ਕਿਸੇ ਨੂੰ ਬਿਠਾਉਂਦੇ ਸੀ ਸੁਨੀਲ ਜਾਖੜ ਉਸ ਦਿਨ ਤੱਕ ਪਰਫੈਕਟ ਫਿਟ ਸਨ ਕਾਂਗਰਸ ਦੇ ਵਿੱਚ ਕਾਂਗਰਸ ਦੇ ਉਸ ਸਿਸਟਮ ਦੇ ਵਿੱਚ ਜਿਹਦੇ ਵਿੱਚ ਇੱਕ ਇੱਕ ਕਮਾਂਡ ਦਿੱਲੀ ਤੋਂ ਆਉਂਦੀ ਸੀ ਉਤਰਾਖੰਡ ਤੋਂ ਆਉਂਦੀ ਸੀ ਹਿਮਾਚਲ ਤੋਂ ਆਉਂਦੀ ਸੀ ਜਦੋਂ ਆਸ਼ਾ ਕੁਮਾਰੀ ਜੀ ਸੀ ਪੰਜਾਬ ਦੀ ਇੰਚਾਰਜ ਹੋਰਨਾਂ ਪਾਸਿਆਂ ਤੋਂ ਵੀ ਆਉਂਦੀ ਸੀ ਜੀ ਬਾਹਰਲੇ ਲੀਡਰ ਆ ਕੇ ਪੰਜਾਬ ਦੇ ਬਹੁਤੇ ਸਿਆਣੇ ਕਾਂਗਰਸੀ ਲੀਡਰਾਂ ਨੂੰ ਕਿਸੇ ਨੂੰ ਪਟਿਆਲੇ ਮਿਲਣ ਜਾਂਦੇ ਸੀ ਕਿਸੇ ਨੂੰ ਚੰਡੀਗੜ੍ਹ ਮਿਲਣ ਜਾਂਦੇ ਸੀ ਕਿਸੇ ਨੂੰ ਅੰਮ੍ਰਿਤਸਰ ਮਿਲਣ ਜਾਂਦੇ ਸੀ ਉਹਨਾਂ ਨੂੰ ਬਿਠਾ ਬਿਠਾ ਕੇ ਉਹਨਾਂ ਦੀ 16 ਸਫਾਈਆਂ ਕਰਾਉਂਦੇ ਰਹੇ ਅਖੀਰ ਇੱਕ ਬੀਬੀ ਜੀ ਆਉਂਦੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਗਤੀ ਖੁੱਸਦੀ ਹੈ ਅੰਬਿਕਾ ਸੋਨੀ ਉਹਨਾਂ ਨੇ ਐਸੀ ਪਲਟੀ ਮਾਰੀ ਕਿ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਬੈਠਿਆ-ਬੈਠਿਆ ਨੂੰ ਉੱਠਣਾ ਪੈ ਗਿਆ ਹੂੰ ਹੂੰ ਜਨਾਬ ਹੁਣੇ ਉਸ ਵੇਲੇ ਤੱਕ ਉਸ ਮੂਮੈਂਟ ਤੱਕ ਕੇਂਦਰ ਦੀ ਕਾਂਗਰਸੀ ਹਾਈ ਕਮਾਂਡ ਦਾ ਇੱਕ ਇੱਕ ਹੁਕਮ ਲਫ਼ਜ਼ ਬਲ ਲਫ਼ਜ਼ ਬੰਦੇ ਰਹੇ ਨੇ ਜੀ ਤੇ ਚੰਨ ਜਾਂ 4 ਸਾਲ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਜਾਂ ਉਸ ਤੋਂ ਪਿਛਲੇ ਵੀ ਜਿਵੇਂ ਮੂੰਹ ਵਿੱਚ ਕੁੰਗੜੀਆਂ ਪਾ ਕੇ ਬੈਠਣ ਵਾਲੀ ਗੱਲ ਹੁੰਦੀ ਹੈ ਇਸ ਤਰ੍ਹਾਂ ਬੈਠੇ ਰਹਿ ਤੇ ਕੋਈ ਰੈਕਟ ਨਹੀਂ ਕੀਤਾ ਪੰਜਾਬ ਦਾ ਕੋਈ ਉਹ ਮੁੱਦਾ ਨਹੀਂ ਠਾਇਆ ਪਾਰਟੀ ਦੀ ਅੰਦਰੂਨੀ ਜੰਗ ਦੇ ਬਾਰੇ ਕਿਤੇ ਕਿਤੇ ਦਬਵੀਂ ਆਵਾਜ਼ ਦੇ ਵਿੱਚ ਮੂੰਹ ਮਾ ਖੋਲਦੇ ਰਹੇ ਪਰ ਖੁੱਲ ਕੇ ਉਹ ਵੀ ਨਾ ਖੋਲੇ ਕਿ ਕਿਤੇ ਨਾ ਕਿਤੇ ਦਾਦਾ ਲੱਗੂਗਾ ਇਹ ਨਾ ਇਹ ਜਦੋਂ ਪਾਸੇ ਹੋਣਗੇ ਤਾਂ ਫਿਰ ਮੇਰੀ ਵਾਰੀ ਆਏਗੀ ਮੁੱਖ ਮੰਤਰੀ ਦੀ ਗੱਦੀ ਖੁੱਸਦੀ ਹੈ ਜਦੋਂ ਤੇ ਫਿਰ ਉਹ ਪਾਰਟੀ ਦੇ ਵਿੱਚੋਂ ਇਲੈਕਸ਼ਨ ਲੜਨ ਤੋਂ ਵੀ ਨਾ ਕਰ ਦਿੰਦੇ ਨੇ ਚੁੱਪ ਹੋ ਜਾਂਦੇ ਨੇ ਵੱਡੇ ਵੱਡੇ ਬਿਆਨ ਜਿਹੜੇ ਨੇ ਰਿਵੀਟ ਕਰਦੇ ਨੇ ਔਰ ਜਿਹੜਾ ਫਿਲਾਸਫਰਾ ਵਾਂਗ ਭਾਸ਼ਣ ਦਿੰਦੇ ਨੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਂਦਾ ਉਦੋਂ ਵੀ ਉੱਥੇ ਇੱਕ ਬੜਾ ਲੰਬਾ ਚੌੜਾ ਭਾਸ਼ਣ ਦਿੰਦੇ ਨੇ ਸੁਨੀਲ ਜਾਖੜ ਤੇ ਅੱਜ ਆ ਗੱਲਾਂ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਪੰਜਾਬ ਇਸ ਵੇਲੇ ਸਰਕਾਰ ਤੋਂ ਬੰਜਾ ਹੈ ਪੰਜਾਬ ਨਾਲ ਤੇ ਇਸੇ ਤਰ੍ਹਾਂ ਹੁੰਦਾ ਆ ਜਿਹੜਾ ਉਹ ਕਹਿੰਦੇ ਨੇ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਨੂੰ ਚਲਾ ਰਹੀ ਹੈ ਦਿੱਲੀ ਨੂੰ ਤੇ ਪੰਜਾਬ ਹਮੇਸ਼ਾ ਤੋਂ ਚਲਾਉਂਦੀ ਰਹੀ ਹੈ ਜਿਸ ਪਾਰਟੀ ਨਾਲ ਇੰਨੇ ਲੰਬੇ ਸਮੇਂ ਤੋਂ 40 50 60 ਸਾਲ ਤੋਂ ਜੁੜਾ ਹੋਇਆ ਪਰਿਵਾਰ ਹੈ ਉਹਨਾਂ ਦੀ ਲੀਡਰਸ਼ਿਪ ਕਿਸ-ਕਿਸ ਸੂਬੇ ਨੂੰ ਕਿਸ ਤਰ੍ਹਾਂ ਚਲਾਉਂਦੀ ਰਹੀ ਹੈ ਜਿਨ੍ਹਾਂ ਵਿੱਚ ਪੰਜਾਬ ਵੀ ਸ਼ਾਮਲ ਸੀ ਇਹਨਾਂ ਨੂੰ ਪਤਾ ਹੋਣਾ ਭਗਵੰਤ ਮਾਨ ਸੂਬੇ ਦੇ ਪੱਖ ਤੇ ਸਟੈਂਡ ਨਹੀਂ ਲੈ ਰਹਾ ਤੁਸੀਂ ਮੁੱਦੇ ਦੀ ਗੱਲ ਕਰੋ ਜਨਰਲਾਈਜ਼ ਕਰਕੇ ਜਦੋਂ ਤੁਸੀਂ ਕਿਸੇ ਨੂੰ ਭੰਡਣ ਦਾ ਕੰਮ ਕਰੋਗੇ ਉਸ ਵਿੱਚ ਜ਼ਾਹਿਰਾ ਤੌਰ ਤੇ ਤੁਹਾਡੀ ਫਰਸਟ੍ਰੇਸ਼ਨ ਜਿਹੜੀ ਹੈ ਸ਼ੋ ਹੋਵੇਗੀ ਇਸ ਵੇਲੇ ਭਾਜਪਾ ਦੇ ਵਿੱਚ ਨੇ ਕਿ ਪੰਜਾਬ ਸਰਕਾਰ ਵਿੱਚ ਅਫਸਰशाही ਜਿਹੜੀ ਹੈ ਉਹ ਸਰਕਾਰ ਤੇ ਭਾਰੂ ਪੈ ਗਈ ਹੈ ਇਹ ਅਫਸਰशाही ਪੈਦਾ ਕਿ ਕਿਸ ਨੇ ਕੀਤੀ ਹੈ ਉਹ ਕਹਿੰਦੇ ਨੇ ਕਿ ਅਫਸਰਾਂ ਨੇ ਆਪਣੇ ਰੇਟ ਵਧਾ ਦਿੱਤੇ ਨੇ ਇਹਦਾ ਮਤਲਬ ਰੇਟ ਤੇ ਪਹਿਲਾਂ ਵੀ ਬਣੇ ਹੋਏ ਸੀ ਰੇਟ ਜੇ ਕਿਸੇ ਦਾ ਅੱਜ ਲੱਖ ਰੁਪਈਆ ਸੀ ਮੈਂ ਕੋ ਉਦਾਹਰਣ ਦੇ ਤੌਰ ਤੇ ਗੱਲ ਕਰ ਰਿਹਾ ਤੇ ਉਹ 1.5 ਲੱਖ ਹੋ ਗਿਆ ਜਾਂ 1 ਲੱਖ ਹੋ ਗਿਆ ਜਾਂ 2 ਲੱਖ ਹੋ ਗਿਆ ਉਹ ਰੇਟ ਤੇ ਸੀਗੇ ਨਾ ਪਹਿਲਾਂ ਉਹ ਅਫਸਰ ਚਾਹੀ ਇਸ ਤਰ੍ਹਾਂ ਦੀ ਕਿਸ ਨੇ ਪਠਾਈ ਸਾਡੇ ਸਿਰ ਤੇ ਤੇ ਕਿ ਕਹਨੇ ਉਹਨਾਂ ਨੂੰ ਪ੍ਰਸ਼ਟ ਹੋਣ ਦਿੱਤਾ ਤੇ ਪ੍ਰਸ਼ਟ ਸਿਸਟਮ ਵਿੱਚੋਂ ਉਹਨਾਂ ਨੂੰ ਮਾਇਆ ਇਸ ਤਰ੍ਹਾਂ ਕੱਢਣ ਦੀ ਇਜਾਜ਼ਤ ਕਿਸ ਨੇ ਦਿੱਤੀ ਤੇ ਹੁਕਮ ਚਲਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਤੇ ਉਹਨਾਂ ਕੋਲੋਂ ਸਵਾਲ ਜਿਹੜਾ ਉਹ ਪੁੱਛਣੇ ਪੈਂਦੇ ਨੇ ਦਿੱਲੀ ਦੀ ਦਖਲਅੰਦਾਜ਼ੀ ਦੀ ਗੱਲ ਕਰਦੇ ਆ ਜਦੋਂ ਪੰਜਾਬ ਦੇ ਵਿੱਚ ਸਮੱਸਿਆ ਸੀ ਤੇ ਸਵੇਰ ਨੂੰ ਚਰਜੀਤ ਸਿੰਘ ਜੰਨੀ ਦਿੱਲੀ ਦੁਪਹਿਰ ਨੂੰ ਕੈਪਟਨ ਬਰਿੰਦਰ ਸਿੰਘ ਲੋਡੇ ਬਲੇ ਨੂੰ ਨਵਜੋਤ ਸਿੰਘ ਤੇ ਸ਼ਾਮ ਨੂੰ ਸੁਨੀਲ ਜਾਕਰ ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿੰਕਾ ਵਾਡਰਾ, ਸੋਨੀਆ, ਰਾਹੁਲ ਇਹੋ ਹੀ ਨਾਮ ਜਿਹੜੇ ਜਪੇ ਜਾਂਦੇ। ਹੂੰ ਹੂੰ। ਜਿਸ ਦਿਨ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦੇ ਦਾਵੇਦਾਰ ਐਲਾਨਿਆ ਜਾਂਦਾ ਹੈ ਇਲੈਕਸ਼ਨਾਂ ਦੇ ਵਿੱਚ ਕਿ ਸਾਡੇ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਮੁੱਖ ਮੰਤਰੀ ਹੋਣਗੇ। ਤੇ ਜਨਾਬ ਉਹਰੇ ਉੱਥੇ ਮੌਜੂਦ ਸੀ। ਇਹਨਾਂ ਨੇ ਵਿਰੋਧਤਾ ਕਿਉਂ ਨਾ ਕੀਤੀ? ਉਹ ਹੁਕਮ ਉਹ ਆ ਕੇ ਪੰਜਾਬ ਵਿੱਚ ਕੌਣ ਐਲਾਨ ਕਰ ਰਿਹਾ ਸੀ? ਰਾਹੁਲ ਗਾਂਧੀ ਤੋਂ ਬਿਨਾਂ ਐਲਾਨੀ ਸੀ ਹੋ ਸਕਦਾ ਕੀ ਪੰਜਾਬ ਦੀ ਵਿਧਾਇਕ ਦਲ ਜਿਹੜਾ ਜੇ ਸੁਨੀਲ ਜਾਖੜ ਨੂੰ ਪੰਜਾਬ ਦੇ ਵਿਧਾਇਕ ਦਲ ਦੀ ਹਮਾਇਤ ਪ੍ਰਾਪਤ ਸੀ ਤਾਂ ਫਿਰ ਅੰਬਿਕਾ ਸੋਨੀ ਨੇ ਕਿਵੇਂ ਇਹਨਾਂ ਦਾ ਪਾਸਾ ਪੜ ਦਿੱਤਾ ਉਹ ਸਿਸਟਮ ਕਿਹੜਾ ਸੀ ਤੇ ਜੇ ਅੰਬਿਕਾ ਸੋਨੀ ਉਹ ਬਿਆਨ ਨਾ ਦਿੰਦੇ ਕਿ ਨਾਨ ਸਿੱਖ ਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਾਉਣਾ ਜਿਹੜਾ ਉਹ ਠੀਕ ਨਹੀਂ ਹੋਵੇਗਾ ਤਾਂ ਫਿਰ ਸੁਨੀਲ ਜਾਖੜ ਦਾ ਫਿਰ ਕੀ ਸਟੈਂਡ ਹੁੰਦਾ ਇਹ ਇਹਨਾਂ ਮੁੱਦਿਆਂ ਦੇ ਬਾਰੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਲੰਬੀ ਚੌੜੀ ਵੀਡੀਓ ਪਾ ਕੇ ਉਦੋਂ ਵੀ ਪੜਾਅ ਸਕੀਤੀ ਸੀ ਕਾਂਗਰਸ ਦੇ ਸਿਸਟਮ ਦੇ ਖਿਲਾਫ ਤੇ ਜਿਹੜੀਆਂ ਗੱਲਾਂ ਅੱਜ ਉਹ ਕਰ ਰਹੇ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸਿਸਟਮ ਦੇ ਖਿਲਾਫ ਕਿਉਂਕਿ ਇੱਕ ਜਦੋਂ ਸਿਸਟਮਿਕ ਪੂਰੇ ਦਾ ਪੂਰਾ ਗਲ ਪਾ ਦਿੱਤਾ ਜਾਂਦਾ ਫਿਰ ਉਹਨੂੰ ਫਾਲੋ ਕਰਦੀਆਂ ਨੇ ਬਾਕੀ ਪਾਰਟੀਆਂ ਵੀ ਕੇਜੀਵਾਲ ਨੇ ਵੀ ਇਸੇ ਤਰ੍ਹਾਂ ਐਲਾਨ ਕੀਤਾ ਸੀ ਕਿ ਭਗਵੰਤ ਮਾਨ ਮੁੱਖ ਮੰਤਰੀ ਹੋਣਗੇ ਉਹ ਇੱਕ VOTING ਸਿਸਟਮ ਦਾ ਜਿਹੜਾ ਕੰਮ ਚਲਾ ਕੇ ਉਹਦੇ ਥਰੂ ਜਿਹੜਾ ਐਲਾਨ ਕੀਤਾ ਗਿਆ ਸੀ ਪਤਾ ਨਹੀਂ ਉਹ ਕਿੰਨਾ ਕੁ ਸੱਚਾ ਸੀ ਠੀਕ ਸੀ ਪਰ ਭਗਵੰਤ ਮਾਨ ਮੁੱਖ ਮੰਤਰੀ ਨੇ ਲੰਬੀ ਚੌੜੀ ਵੀਡੀਓ ਪਾ ਕੇ ਪੜਾ ਸੋਦੋ ਵੀ ਕੱਢੀ ਤੇ ਕਾਂਗਰਸ ਦੇ ਜਦੋਂ ਉਹ ਇਸ ਵੱਡੇ ਏਡੇ ਵੱਡੇ ਇੱਥੇ ਕਾਂਗਰਸ ਦੇ ਇੰਨੇ ਜ਼ਿਆਦਾ ਲੰਬੇ ਸਮੇਂ ਤੋਂ ਮੁੱਖ ਮੰਤਰੀ ਰਹੇ ਪੰਜਾਬ ਦੇ ਵਿੱਚ ਕੀ ਉਹ ਦਿੱਲੀ ਦੀ ਹਾਈ ਕਮਾਂਡ ਤੋਂ ਆਜ਼ਾਦ ਸਨ ਤੇ ਜਾਂ ਫਿਰ ਇਸ ਵੇਲੇ ਜਿਹੜੀ ਪਾਰਟੀ ਦੇ ਵਿੱਚ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੀ ਉਹ ਆਜ਼ਾਦਾਨਾ ਤੌਰ ਤੇ ਉਹਨਾਂ ਦੇ ਸੂਬਿਆਂ ਦੇ ਜਿਹੜੇ ਰਹਿਨਮਾਨ ਨੇ ਉਹ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਜਿਸ ਮਿਲ ਜਾਖੜ ਉਹਨਾਂ ਨੇ ਮੁੱਦੇ ਠੋਣੇ ਨੇ ਪੰਜਾਬ ਦੇ ਵਿੱਚ ਇਸ ਵੇਲੇ ਉਹ ਮੁੱਦੇ ਬਹੁਤ ਜ਼ਿਆਦਾ ਜ਼ੋਰ ਫੜ ਰਹੇ ਨੇ ਜਿਹੜੇ ਸਿੱਧੇ ਪੰਜਾਬ ਕੇਂਦਰ ਦੇ ਨਾਲ ਸਬੰਧ ਰੱਖਦੇ ਨੇ ਜੀ ਬਿਹਤਰ ਨਹੀਂ ਉਹ ਕਿ ਸੁਨੀਲ ਜਾਖੜ ਜੋ ਵਿਧਿਆਤੀ ਵਿਕਾਸ ਫੰਡ ਸਾਡਾ ਜਿਹੜਾ ਰੁਕਿਆ ਪਿਆ ਹਜ਼ਾਰਾਂ ਕਰੋੜਾ 3000 ਕਰੋੜ ਤੋਂ ਉੱਪਰ ਦਾ ਰਿਹਾ ਪੰਜਾਬ ਦਾ ਕਿਦੋਂ ਨੇ ਰੁਕਿਆ ਹੋਇਆ ਉਹ ਦਵਾਉਣ ਸਾਨੂੰ ਪੰਜਾਬ ਦੇ ਵਿੱਚ ਡਿਮਾਂਡ ਚੱਲ ਰਹੀ ਹੈ ਕਿ ਚੰਡੀਗੜ੍ਹ ਅੰਮ੍ਰਿਤਸਰ ਤੇ ਹੋਰ 에ਰਪੋਰਟਾਂ ਬਣ ਕੇ ਤਿਆਰ ਹੋ ਗਈਆਂ ਇੱਥੋਂ ਇੱਕ ਵੀ ਅੰਤਰਰਾਸ਼ਟਰੀ ਉਡਾਨ ਨਹੀਂ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਤੇ ਕਮਲੇਸ਼ੀਆ ਨੂੰ ਇੱਕ 에ਰਲਾਈਨ ਨੇ ਜਿਹੜੀ ਹਫ਼ਤੇ ਵਿੱਚ 4 ਦਿਨ ਉਡਾਨ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਉਹਦੇ ਨਾਲ ਕੀ ਫਰਕ ਪੈਣਾ ਸਾਨੂੰ ਕਿਉਂ ਨਹੀਂ ਸਰਕਾਰ ਨਹੀਂ ਸਰਕਾਰ ਕੇਂਦਰ ਸਰਕਾਰ ਦੇ ਵਿੱਚ ਇੰਨੀ ਮਜ਼ਬੂਤ ਜ਼ਬਰਦਸਤ ਸਰਕਾਰ ਹੈ ਉਹਨਾਂ ਕੋਈ ਇੰਨੀ ਵੱਡੀ ਮੈਜੋਰਿਟੀ ਹੈ ਕਿਉਂ ਨਹੀਂ ਉਹਨਾਂ ਦੀ ਇੱਛਾ ਸ਼ਕਤੀ ਇਸ ਲੈਵਲ ਦੀ ਕਿ ਉਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋ ਕੰਮ ਕਰ ਸਕਣ ਇਹ ਮੁੱਦੇ ਕਿਸ ਦੇ ਨੇ ਪੰਜਾਬ ਦੇ ਖਿਲਾਫ ਐ ਐਸਵਾਈਐਲ ਦੇ ਮੁੱਦੇ ਤੇ ਜਿਹੜੇ ਐਫੀਡੇਵਿਟ ਦਾਖਲ ਕਰਦੀ ਹੈ ਕੇਂਦਰ ਸਰਕਾਰ ਉਹ ਪੰਜਾਬ ਦੇ ਮੁੱਦੇ ਤੇ ਕੌਣ ਬੋਲੇਗਾ ਇਹ ਭਾਜਪਾ ਦੀ ਲੀਡਰਸ਼ਿਪ ਵਿੱਚ ਨਹੀਂ ਕੀ ਭਾਜਪਾ ਦੀ ਲੀਡਰਸ਼ਿਪ ਜਿਹੜੀ ਹੈ ਪੰਜਾਬ ਦੇ ਵਿੱਚ ਕੇਂਦਰੀ ਕੇਂਦਰੀ ਲੀਡਰਸ਼ਿਪ ਉਹ दखलअंदाजी ਨਹੀਂ ਕਰਦੀ ਉਹਨਾਂ ਦੀ ਕਿਸ ਲੈਵਲ ਦੀ दखलअंदाजी ਹੈ ਕੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਵੀ ਹਿੱਲਦਾ ਕਾਰਜਕਾਰੀ ਦੇ ਵਿੱਚੋਂ ਜਿਹਨੂੰ ਮਰਜ਼ੀ ਸ਼ਾਮਲ ਕਰਦੇ ਹੋ ਜਿਹਨੂੰ ਮਰਜ਼ੀ ਬਾਹਰ ਕੱਢਦੇ ਹੋ ਤੇ ਜਿਹੜੇ ਵਿਅਕਤੀ ਕਿਸਾਨ ਅੰਦੋਲਨ ਜਿਹੜਾ ਜਿਹੜਾ ਕਿਸਾਨ ਅੰਦੋਲਨ ਜਿਸ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਤੇ ਹੋਰ ਆਗੂ ਕਹਿੰਦੇ ਸੀ ਕਿ ਕਾਂਗਰਸ ਸਰਕਾਰ ਨਾ ਚਾਹੁੰਦੀ ਪੰਜਾਬ ਦੇ ਵਿੱਚ ਤੇ ਕਿਸਾਨ ਅੰਦੋਲਨ ਖੜਾ ਨਹੀਂ ਹੋ ਸਕਦਾ ਕਿਸਾਨ ਅੰਦੋਲਨ ਦੇ ਵਿੱਚ ਇੰਨੀਆਂ ਜਾਨਾਂ ਗਵਾਉਣ ਵਾਲੇ ਲਖੀਮਪੁਰ ਖੀਰੀ ਘਟਨਾ ਦੀ ਜਾਂਚ ਦੀ ਗੱਲ ਅਸੀਂ ਕਰ ਲਈਏ ਭਾਰਤੀ ਜਨਤਾ ਪਾਰਟੀ ਕਿੱਥੇ ਜਵਾਬਦੇ ਨਹੀਂ ਹੈ ਤੇ ਸੁਨੀਲ ਜਾਖੜ ਉਹਨਾਂ ਦੀ ਗੱਲ ਕਰਨ ਸਾਡੇ ਨਾਲ ਕਿ ਇਹ ਕੇਂਦਰ ਦੇ ਅੱਗੇ ਕੇਂਦਰ ਸਰਕਾਰ ਦੇ ਅੱਗੇ ਪੰਜਾਬ ਦੇ ਉਹਨਾਂ ਮਸਲੇ ਬਾਰੇ ਕੀ ਕਹਿੰਦੇ ਨੇ ਜੇ ਜੇ ਪੰਜਾਬ ਦੇ ਵਿੱਚ ਸਰਕਾਰ ਹੈ ਉਹਨਾਂ ਨੇ ਇਸ ਤਰ੍ਹਾਂ ਜਨਰਲਾਈਜ਼ ਕਰਕੇ ਕਹਿ ਦੇਣਾ ਕਿ ਇੱਥੇ ਤੇ ਅਫਸਰशाही ਨੇ ਭਾਰੂ ਹੋ ਗਿਆ ਤੇ ਭਗਵੰਤ ਮਾਨ ਨੂੰ ਪੁੱਛਦਾ ਕੋਈ ਨਹੀਂ ਇੱਥੇ ਆ ਹੋ ਰਿਹਾ ਹੋ ਰਿਹਾ ਮੇਰਾ ਖਿਆਲ ਹੈ ਜਿਸ ਪਾਰਟੀ ਨੂੰ ਸੁਨੀਲ ਜਾਖਣ ਹੋਰੀ ਰਿਪਰੈਜ਼ੈਂਟ ਕਰਦੇ ਰਹੇ ਨੇ ਉਹਨਾਂ ਦੇ ਚਾਰ ਜਾਂ ਪੰਜ ਮੰਤਰੀ ਤੇ ਇਸ ਵੇਲੇ ਰੋਜ਼ ਬਿਜ਼ਨਸ ਦੀਆਂ ਪੇਸ਼ੀਆਂ ਭੁੱਤ ਰਹੇ ਨੇ ਅੰਦਰ ਬੈਠੇ ਨੇ ਉਹਨਾਂ ਦੇ ਸਾਥੀ ਫੜੇ ਜਾ ਰਹੇ ਨੇ ਰੋਜ਼ਾਨਾ ਬੇਸਿਸ ਤੇ ਗਸਟਡ ਅਫਸਰਾਂ ਤੋਂ ਲੈ ਕੇ ਉੱਪਰਲੇ ਅਫਸਰਾਂ ਤੱਕ ਤਿੰਨ ਤੋਂ ਚਾਰ ਅਫਸਰ ਜਿਹੜੇ ਨੇ ਡੇਲੀ ਬੇਸਿਸ ਤੇ ਬਿਜ਼ਨਸ ਨੂੰਨੋ ਗ੍ਰਿਫਤਾਰ ਕਰ ਰਹੀ ਹੈ ਅੱਜ ਇੱਥੇ ਕਪੜਾ ਹੋ ਗਿਆ ਕੱਲ ਨੂੰ ਉੱਥੇ ਕੱਲ ਨੂੰ ਉੱਥੇ ਸਾਰੇ ਪਿਛਲੇ ਨਿਕਲ ਰਹੇ ਨੇ ਜੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਊਨਤਾ ਹੀ ਹੈ ਇਸ ਵੇਲੇ ਸਿਸਟਮ ਦੇ ਵਿੱਚ ਚਾਹੇ ਉਹ ਆਰਥਿਕ ਹੋਵੇ ਚਾਹੇ ਸਮਾਜਿਕ ਹੋਵੇ ਜਾਂ ਕੋਈ ਕਿਸਾਨਾਂ ਦਾ ਮੁੱਦਾ ਹੋਵੇ ਜਾਂ ਬੇਰੁਜ਼ਗਾਰਾਂ ਦਾ ਮੁੱਦਾ ਹੋਵੇ ਉਹਨਾਂ ਵਿੱਚ ਜਿਹੜੀਆਂ ਸਰਕਾਰਾਂ ਪਿਛਲੀਆਂ ਰਹੀਆਂ ਨੇ ਉਹ ਵੱਡੇ ਪੱਧਰ ਤੇ ਜ਼ਿੰਮੇਵਾਰ ਨੇ ਸੁਨੀਲ ਜਾਖੜ ਦੋਵੇਂ ਤਰ੍ਹਾਂ ਹੀ ਗੱਲ ਕਰ ਲੈਣ ਤੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੂੰ ਚੌਧਰੀ ਸਾਹਿਬ ਕਹਿ ਕੇ ਬੁਲਾਉਂਦੇ ਨੇ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਦਲ ਅਤੇ ਭਾਜਪਾ ਦਾ ਇਸ ਤਰ੍ਹਾਂ ਦਾ ਨੌ ਮਾਸ ਦਾ ਰਿਸ਼ਤਾ ਰਿਹਾ ਅੱਜ ਉਹਦੇ ਵਿਹਾਰ ਤੇ ਗੱਲ ਕਰ ਲੈਣ ਕਿ ਉਹਨਾਂ ਨੇ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਸਿਸਟਮ ਚਲਾਇਆ ਇੰਨੇ 15 ਸਾਲ ਤੇ ਕਾਂਗਰਸ ਦੀ ਗੱਲ ਕਰ ਲੈਣ ਉਹਨਾਂ ਨੇ ਕਿਸ ਤਰ੍ਹਾਂ ਦਾ ਪੰਜਾਬ ਲਈ ਕੰਮ ਕੀਤਾ ਤੇ ਫਿਰ ਸਾਰਾ ਨਟਾਰਾ ਹੋ ਜਾਵੇਗਾ ਮੇਰਾ ਖਿਆਲ ਹੈ ਕਿ ਸੁਨੀਲ ਜਾਖੜ ਥੋੜੇ ਥੋੜੇ ਸਮੇਂ ਬਾਅਦ ਇਸ ਤਰ੍ਹਾਂ ਫ੍ਰਸਟ੍ਰੇਸ਼ਨ ਕੱਢਦੇ ਨੇ ਪਰ ਬਹੁਤ ਜ਼ਿਆਦਾ ਅਹਿਮੀਅਤ ਇਸ ਇਹਨਾਂ ਬਿਆਨਾਂ ਨੂੰ ਪੰਜਾਬੀ ਸ਼ਾਇਰੀ ਦੇ